ਇਹ ਹੁਣ ਜਿਹੜੀ ਤੁਸੀਂ ਪਹਿਲਾਂ ਮੌਸੀਕੀ ਸੁਣੀ ਹੁਣ ਇਹ ਜਿਹੜੀ ਮਜਲਿਸ ਹੈ ਹੋਰ ਵੀ ਜ਼ਿਆਦਾ ਸੁਰਮਈ ਸੁਰੀਲੇ ਸੁਰ ਦੇ ਨਾਲ ਪਾਕ ਨੇਕ ਇਰਾਦਿਆਂ ਦੇ ਨਾਲ ਪ੍ਰੋਫੈਸਰ ਅਮਨ ਜੀ ਔਰ ਉਹਨਾਂ ਦਾ ਸਵਾਗਤ ਉਹਨਾਂ ਦਾ ਵੈਲਕਮ ਇਸਤਕਬਾਲ ਮੁਬਾਰਕਬਾਦ 290ਵਾਂ ਸਾਡੇ ਬਜ਼ੁਰਗਾਂ ਦਾ ਇਹ ਜਿਹੜਾ ਸਾਲ ਬਾਬਾ ਜੀ 290 ਸਾਲ ਜਿਹੜੇ ਨੇ ਬਹੁਤ ਵੱਡੇ ਇਸ ਪਾਕ ਮੁਕੱਦਸ ਦਰਬਾਰ ਨੂੰ ਸਜਦਾ ਸਲਾਮ ਕਰਦੇ ਹਾਂ ਵੈਸੇ ਲੋਚੀ ਭਾਜੀ ਨੇ ਦੱਸਿਆ ਕਿ ਬਾਬਾ ਜੀ ਦਾ ਜਿਹੜਾ ਜਨਮ ਹੋਇਆ ਸੀ 1627 ਈਸਵੀ ਦੇ ਵਿੱਚ ਤੇ ਆਸ਼ੀਰਵਾਦ ਅਮਰ ਨੇ ਜਿਹਨਾਂ ਦਾ ਆਸ਼ੀਰਵਾਦ ਹੈ ਸਾਡੇ ਤੋਂ ਅੱਜ ਉਹਨਾਂ ਨੂੰ ਯਾਦ ਕਰਦੇ ਹੋਏ 290 ਸਾਲ ਹੋ ਗਏ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੇ ਹੋਏ ਮੈਂ ਕੋਟਨ ਕੋਟ ਧੰਨਵਾਦ ਕਰਦੀ ਹਾਂ ਜੀ ਆਇਆਂ ਨੂੰ ਜਿਹੜੇ ਪਾਕਿਸਤਾਨ ਤੋਂ ਬਾਬਾ ਜੀ ਦਾ ਖਾਨਦਾਨ ਚੱਲ ਕੇ ਆਇਆ ਇੱਕ ਵਾਰੀ ਮੈਂ ਗੁਜ਼ਾਰਿਸ਼ ਕਰੂੰਗੀ ਵੈਸੇ ਤਾਂ ਗੁਜ਼ਾਰਿਸ਼ ਇੱਥੇ ਕਰਨੀ ਨਹੀਂ ਚਾਹੀਦੀ ਕਿਉਂਕਿ ਜਿਸ ਜਗ੍ਹਾ 'ਤੇ ਆਏ ਹਾਂ ਉਹਨਾਂ ਦੀ ਗੱਲ ਹੀ ਕਰਨ ਲੱਗੇ ਹਾਂ ਸਾਡੀ ਸਰਕਾਰ ਬਾਬਾ ਸ਼ਾਮੀ ਸ਼ਾਹ ਸਰਕਾਰ ਇੱਕ ਵਾਰੀ ਦੋ ਹੱਥਾਂ ਨਾਲ ਤਾਲੀ ਉਹਨਾਂ ਦੇ ਮਾਂ ਬਾਪ ਨੂੰ ਵਧਾਈ ਦਿਓ ਜਿਨ੍ਹਾਂ ਨੇ ਐਸਾ ਅਵਤਾਰ ਧਰਤੀ 'ਤੇ ਲੈ ਕੇ ਆਉਂਦਾ ਸੀ ਔਰ ਉਹਨਾਂ ਦੀ ਸਰਦਲ ਨੂੰ ਸਲਾਮ ਹੈ ਚਾਹੇ ਹਿੰਦੁਸਤਾਨ ਹੈ ਪਾਕਿਸਤਾਨ ਹੈ ਬਾਬਾ ਜੀ ਦਾ ਆਪਣੇ ਘਰ ਹੈ ਉਹਨਾਂ ਦੀ ਮੌਜ ਹੈ ਸੋ ਉਹਨਾਂ ਦਾ ਆਸ਼ੀਰਵਾਦ ਚਾਹੀਦਾ ਸੋ ਸਲਾਮਤ ਅਲੀ ਖਾਨ ਸਾਹਿਬ ਜੀ ਨਜ਼ਾਕਤ ਅਲੀ ਖਾਨ ਸਾਹਿਬ ਜੀ ਉਹਨਾਂ ਨੂੰ ਯਾਦ ਕਰਦੇ ਹੋਏ ਮੈਂ ਆਉਂ ਗੁਜ਼ਾਰਿਸ਼ ਕਰੂੰਗੀ ਕਿ ਜੀ ਸਾਰਿਆਂ ਨੇ ਆਪਣੀ ਆਪਣੀ ਹਾਜ਼ਰੀ ਲਗਾਉਣੀ ਸਾਰੇ ਸੁਰੀਲੇ ਨੇ ਔਰ ਹਸ਼ਮਤ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਕਿ ਫਿਰ ਛਿੜੀ ਬਾਤੇ ਵਫਾ ਫੂਲੋ ਕਾ ਮੌਸਮ ਆ ਗਿਆ ਅਰੁਣਾ ਅੰਕਲ ਆਜ ਕੀ ਸ਼ਾਮ ਫਿਰ ਛਿੜੀ ਬਾਤੇ ਵਫਾ ਫੂਲੋ ਕਾ ਮੌਸਮ ਆ ਗਿਆ ਗੀਤ ਕਾ ਔਰ ਗਜ਼ਲ ਕਾ ਨਗਮੋ ਕਾ ਮੌਸਮ ਆ ਗਿਆ ਹਰ ਕੋਈ ਅਬ ਜੋੜਤਾ ਹੈ ਹਮਸੇ ਇੱਕ ਰਿਸ਼ਤਾ ਨਯਾ ਹਰ ਕੋਈ ਅਬ ਜੋੜਤਾ ਹੈ ਹਮਸੇ ਇੱਕ ਰਿਸ਼ਤਾ ਨਯਾ ਅਰੇ ਕਾਮਯਾਬੀ ਕਿਆ ਮਿਲੀ ਰਿਸ਼ਤੋ ਕਾ ਮੌਸਮ ਆ ਗਿਆ ਕਾਮਯਾਬੀ ਕਿਆ ਮਿਲੀ ਰਿਸ਼ਤੋ ਕਾ ਮੌਸਮ ਆ ਗਿਆ ਰਾਜ ਯਮਨ ਛੋਟਾ ਖਿਆਲ Okay.